ਸੰਗਰੂਰ ਤੋਂ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਇੱਕ ਵਾਰ ਫੇਰ ਤੋਂ ਢੀਂਸਾ ਤੇ ਬਾਦਲ ਤੇ ਨਿਸ਼ਾਨਾ ਸਾਧਦਾ ਹੈ ਢੀਂਸਾ ਦੇ ਪੁਰਾਣੇ ਬਿਆਨ ਯਾਦ ਕਰਵਾਏ ਨੇ ਸਿਮਰਨਜੀਤ ਸਿੰਘ ਮਾਨ ਨੇ ਦੇਖੋ ਢੀਂਸਾ ਸਾਹਿਬ ਬਹੁਤ ਨੇਕ ਸਾਡੇ ਸਿਆਸਤਦਾਨ ਹੈ ਸੀਨੇ ਨੇ ਪਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੁਖਬੀਰ ਦੇ ਥੱਲੇ ਨਹੀਂ ਇਹ ਕਰ ਸਕਦੇ ਹਗੇ ਅਸੀਂ ਸੁਖਬੀਰ ਦੀ ਪ੍ਰਧਾਨਗੀ ਨਹੀਂ ਰਹਿ ਰਹੇ ਫੇਰ ਇਹ ਤਾਂ ਜਿੰਨੇ ਵੀ ਸਮਰਥਕ ਹੈਗੇ ਆ ਹਿੰਸਾ ਸਾਹਿਬ ਦੇ ਸਾਡੇ ਨਾਲ ਵੀ ਹੈਗੇ ਇੱਥੇ ਅਸੀਂ ਕੰਮ ਕਰਦੇ ਆ ਉਹ ਇਸ ਨੂੰ ਬਹੁਤ ਜ਼ਲਾਲਤ ਮਹਿਸੂਸ ਕਰਦੇ ਆ ਕਿ ਬੁੱਢੇ ਵੇਲੇ ਅਖੀਲੇ ਵੇਲੇ ਜਿਹੜੇ ਇਹਨਾਂ ਨੇ ਵਚਨ ਕੀਤੇ ਸੀ ਕਿ ਹਿੰਸਾ ਸਾਹਿਬ ਨੇ ਉਹ ਰੱਖੇ ਨਹੀਂ ਤੇ ਸੁਖਬੀਰ ਤਾਂ ਪ੍ਰੈਜ਼ੀਡੈਂਟ ਰਹੂਗਾ ਤੇ ਇਹਨਾਂ ਨੇ ਕਿਹਾ ਸੀਗਾ ਸੀ ਸੁਖਬੀਰ ਦੇ ਖਿਲਾਫ ਇੱਕ ਛੋਟੇ ਜਿਹੇ ਕਾਪੇ ਦੇ ਖਿਲਾਫ ਅਸੀਂ ਨਹੀਂ ਇਹ ਧੱਲੇ ਚੱਲ ਸਕਦੇ